ਅਮਰੀਕਾ ਦੇ ਮਿਸ਼ੀਗਨ ਦੇ ਰਹਿਣ ਵਾਲੇ 29 ਸਾਲਾ ਸਟੂਡੈਂਟ ਨੂੰ ਗੂਗਲ ਦੇ AI ਚੈਟਬੋਟ ਦੀ ਮਦਦ ਮੰਗਣਾ ਪਾਰੀ ਪੈ ਗਿਆ। ਸਟੂਡੈਂਟ ਨੇ ਆਪਣੇ ਹੋਮਵਰਕ ਵਿੱਚ ਮਦਦ ਮੰਗੀ ਸੀ ਪਰ ਜੇਮਸੀ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਹੈਰਾਨ ਕਰਨ ਵਾਲਾ ਜਵਾਬ ਦਿੱਤਾ। ਜੇਮਨੀ ਨੇ ਸਟੂਡੈਂਟਸ ਨੂੰ ਕਿਹਾ ਕਿ ਤੁਸੀਂ ਇੱਕ ਬੋਝ ਹੋ ਸਮਾਜ ਤੇ ਜੋ ਭਾਰ ਹੋ ਕਿਰਪਾ ਕਰਕੇ ਮਰ ਜਾਓ। ਇਹ ਸੰਦੇਸ਼ ਇੰਨਾ ਅਚਾਨਕ ਅਤੇ ਅਪਮਾਨਜਨਕ ਸੀ ਕਿ ਸਟੂਡੈਂਟ ਅਤੇ ਉਹਦਾ ਪਰਿਵਾਰ ਹੈਰਾਨ ਰਹਿ ਗਿਆ। ਸਟੂਡੈਂਟ ਸਟੂਡੈਂਟ ਵਿਦਾਈ ਰੈਡੀ ਨੇ ਇੱਕ ਨਿਊਜ਼ ਚੈਨਲ ਦੱਸਿਆ ਕਿ ਇਹ ਤਜਰਬਾ ਉਹਨਾਂ ਲਈ ਬਹੁਤ ਤੇ ਡਰਾਉਣਾ ਸੀ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਸਿੱਧਾ ਤੇ ਭਿਆਨਕ ਲੱਗਾ ਇਹ ਘਟਨਾ ਮੈਨੂੰ ਇੱਕ ਦਿਨ ਤੋਂ ਵੱਧ ਸਮੇਂ ਲਈ ਪਰੇਸ਼ਾਨ ਕਰਦੀ ਰਹੀ ਹੈ ਉਹਨਾਂ ਦੀ ਭੈਣ ਸੁਮੇਦਾ ਰੈਡੀ ਨੇ ਕਿਹਾ ਕਿ ਇਸ ਨੂੰ ਬਹੁਤ ਹੀ ਚਿੰਤਾਜਨਕ ਦੱਸਿਆ ਉਹਨਾਂ ਨੇ ਕਿਹਾ ਕਿ ਇੰਨੀ ਬੁਰੀ ਰਿਐਕਸ਼ਨ ਸੀ ਕਿ ਮੇਰਾ ਆਪਣੇ ਸਾਰੇ ਡਿਵਾਈਸਾਂ ਨੂੰ ਖਿੜਕੀ ਤੋਂ ਬਾਹਰ ਸੁੱਟਣ ਦਾ ਮਨ ਕੀਤਾ ਮੈਂ ਪਹਿਲਾਂ ਕਦੇ ਵੀ ਅਜਿਹਾ ਡਰ ਮਹਿਸੂਸ ਨਹੀਂ ਕੀਤਾ ਇਸ ਘਟਨਾ ਤੋਂ ਬਾਅਦ Google ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜੇਮਿਨੀ 'ਚ ਅਜੇ ਸੇਫਟੀ ਕੰਟਰੋਲ ਨੇ ਜੋ ਅਪਮਾਨਜਨਕ ਜਾਂ ਖਤਰਨਾਕ ਗੱਲਬਾਤ ਨੂੰ ਰੋਕਦੇ ਨੇ ਉਹਨਾਂ ਨੇ ਕਿਹਾ ਕਿ ਇਹ ਜਵਾਬ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦਾ ਹੈ ਅਸੀਂ ਇਸ ਨੂੰ ਰੋਕਣ ਲਈ ਕਾਰਵਾਈ ਕੀਤੀ ਹੈ ਇਹ ਪਹਿਲੀ ਵਾਰ ਨਹੀਂ ਜਦੋਂ Google ਦੇ ਚੈਟਬੋਟ ਵਿਵਾਦਾਂ ਵਿੱਚ ਆਏ ਨੇ ਇਸ ਤੋਂ ਪਹਿਲਾਂ ਜੁਲਾਈ ਵਿੱਚ ਇੱਕ ਪੱਤਰਕਾਰ ਨੇ ਰਿਪੋਰਟ ਦਿੱਤੀ ਕਿ Google AI ਨੇ ਖਤਰਨਾਕ ਅਤੇ ਗਲਤ ਸੁਝਾਅ ਦਿੱਤੇ ਨੇ ਜੋ ਕਿ ਹਰ ਰੋਜ਼ ਇੱਕ ਛੋਟਾ ਪੱਥਰ ਖਾਣ ਲਈ ਤਿਆਰ ਹੋ ਜਾਓ। ਅਬ ਆਪਣੀ ਹਰ ਛੋਟੀ-ਛੋਟੀ ਜ਼ਰੂਰਤ ਲਈ Google ਤੇ ਚੀਜ਼ਾਂ ਸਰਚ ਕਰਦੇ ਆਂ ਪਰ ਕੀ ਇਹ ਚੀਜ਼ਾਂ ਸਾਡੇ ਲਈ ਫਾਇਦੇਮੰਦ ਨੇ ਜਾਂ ਸਹੀ ਸਟੇਕ ਜਾਣਕਾਰੀ ਨੇ ਇਹ ਇੱਕ ਚਿੰਤਾ ਦਾ ਸਵਾਲ ਹੈ।